ਬਣਾਵਾ ਮੂੰਹ, ਮੇਰੀ ਇੱਥੇ ਜਾਨ ਨਿਕਲੀ ਜਾਂਦੀ ਹੈ, ਤੇਰੇ ਪਤਾ ਨਹੀਂ ਕਿਵੇਂ ਰੋਟੀ ਲੰਘੀ ਜਾਂਦੀ ਹੈ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਚੱਕਰ ਹੋ ਗਿਆ। ਹੋਣਾ ਕੀ ਆ, ਮੇਰੀ ਸੌਕਣ ਦੇ ਮੁੰਡਾ ਹੋ ਗਿਆ। ਤੇ ਚੋਕਤ ਤੇਰੀ ਮੇਰਾ ਨੇ ਸਭ ਦੇ ਦੇ ਤੂੰ ਹਾਲ ਹੈ। ਚਲ ਹਾਜੋ ਪੁੱਤ, ਪਿਆਰ ਕਰਦਾ ਨਾ ਮੈਨੂੰ? ਆਪਣੇ ਤੋਂ ਵੱਧ ਕਰਦਾ ਤੈਨੂੰ ਪਿਆਰ? ਬਸ ਫਿਰ ਮੇਰਾ ਸਾਥ ਦੇ, ਦੇਖੀ ਚੱਲ ਬਣਦਾ ਕੀ ਹੈ। ਚੱਲ ਕੋਈ ਨਾ, ਆਉਣ ਦੇ ਮਾੜਾ ਜਿਹਾ ਕੜਾ ਲੂਟ ਤੇ ਨਾਲ ਦੀ ਨਾਲ ਲਪੇਟ ਦੂੰਗਾ। ਤੈਨੂੰ ਘਰੋਂ ਜਾਣ ਦਾ ਬੜਾ ਸ਼ੌਕ ਨੀ ਚੜਿਆ? ਮੇਰੀ ਗੱਲ ਸੁਣ ਲੈ, ਮੈਂ ਕਹੀ ਨਾ ਕਿਹਾ ਤੇ ਲੈ ਕੇ ਆ ਬਾਰੇ ਆਉਣੀ ਆ। ਛੇਤੀ ਆ ਜਾ, ਕਿੰਨਾ ਕੁ ਟਾਈਮ ਲੱਗੂਗਾ ਹੁਣ? ਮੈਂ ਆਪਦੇ ਪੋਤੇ ਨੂੰ ਪਹਿਲੀ ਵਾਰੀ ਘਰੇ ਵਾੜਦੀ ਆ, ਸ਼ਗਨਾਂ ਨਾਲ ਹੀ ਲੈ ਕੇ ਜਾਵਾਂਗੇ ਅੰਦਰ। ਮੇਰਾ ਤਾਂ ਸੱਚੀ ਪੁੱਤ ਅੱਜ ਕਿਤੇ ਧਰਤੀ ਤੇ ਪੈਰ ਨਹੀਂ ਲੱਗਦਾ। ਤੇਲ ਚੋ ਪੁੱਤ, ਵਾਹਿਗੁਰੂ ਸੱਚੇ ਪਾਤਸ਼ਾਹ, ਤੇਰੀਆਂ ਹੀ ਮੇਰਾ ਨੇ ਸਭ। ਲੈ ਮਾ ਦੇ ਦੇ ਤੂੰ ਹਾਲ ਹੈ। ਚਲ ਹਾਜੋ ਪੁੱਤ। ਮੰਮੀ, ਮੈਨੂੰ ਐ ਨਹੀਂ ਸਮਝ ਆਉਂਦੀ ਵੀ ਕੁੜੀ ਜੰਮਣ ਤੇ ਤੁਸੀਂ ਇੰਨਾ ਖੁਸ਼ ਕਿਉਂ ਹੋਈ ਜਾਂਦੇ ਹੋ। ਪੁੱਤ ਕੁੜੀ ਨਹੀਂ, ਇਹ ਤਾਂ ਮੇਰਾ ਪੁੱਤ ਹੈ, ਮੇਰੇ ਘਰ ਦਾ ਵਾਰਸ। ਹਾਂ ਕੀ ਕਰਤਾ, ਮੁੰਡਾ ਹੋਇਆ? ਹਾਂ ਮੇਰਾ ਪੋਤਾ। ਇਹ ਕਿਵੇਂ ਹੋ ਸਕਦਾ? ਰਿਪੋਰਟ 'ਚ ਤਾਂ ਕੁੜੀ ਆਈ ਸੀਗੀ ਵੀ ਇਹਦੇ ਕੁੜੀ ਹੋਣੀ ਹੈ, ਫਿਰ ਹੁਣ ਮੁੰਡਾ ਕਿਵੇਂ ਹੋ ਗਿਆ? ਸਭ ਕੁਛ ਕੀ ਹੋਈ ਜਾਂਦਾ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਹੁਣ ਇਹਦੇ ਮੁੰਡਾ ਹੋ ਗਿਆ, ਇਸ ਘਰੇ ਤਾਂ ਮੇਰੀ ਕਦਰ ਜਮੀ ਘੱਟ ਜਾਣੀ ਹੈ। ਮੇਰਾ ਪੁੱਤ ਠੀਕ ਠਾਕ ਤਾਂ ਹੈ ਨਾ? ਕੁੜੇ ਚਾਹ ਦੀ ਘੁੱਟ ਬਣਾ ਲਾ ਭਾਈ, ਨਾਲੇ ਇਹਦੇ ਵਾਸਤੇ ਮਨਿੰਦਰ ਵਾਸਤੇ ਦੁੱਧ ਗਰਮ ਕਰ ਦੇ। ਵਧਾਈਆਂ ਹੁਣ ਤੈਨੂੰ। ਤੁਹਾਨੂੰ ਵੀ ਵਧਾਈਆਂ ਜੀ, ਨਾਲੇ ਤੁਹਾਨੂੰ ਵਾਰਿਸ ਚਾਹੀਦਾ ਸੀ ਘਰ ਦਾ, ਤੇ ਵਾਰਿਸ ਮਿਲ ਗਿਆ ਤੁਹਾਨੂੰ। ਮਾਂ ਤੈਨੂੰ ਵੀ ਵਾਰਸ ਮਿਲ ਗਿਆ ਆਪਣੀ ਹਵੇਲੀ ਦਾ, ਹੁਣ ਐਂ ਦੱਸ ਨਾਮ ਕੀ ਰੱਖਣਾ ਇਹਦਾ? ਨਾਂ ਤਾਂ ਕੋਈ ਨਾ ਪੁੱਤ, ਆਪਾਂ ਗੁਰਦੁਆਰਾ ਸਾਹਿਬ ਜਾ ਕੇ ਨਾ ਉੱਥੋਂ ਅੱਖਰ ਕਢਾ ਕੇ ਲਿਆਵਾਂਗੇ।
ਫੇਰ ਨਾ ਰੱਖੂ ਮੈਂ ਆਪਦੇ ਪੋਤੇ ਦਾ। ਖੁਸ਼ੀ ਵਾਲੀ ਆ ਮੈਨੂੰ ਤਾਂ, ਹੈ ਹੁਣ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਕੋਈ। ਨਾਲੇ ਮੇਰੀ ਗੱਲ ਸੁਣ, ਉਹ ਸੀਰੀ ਕਿੱਥੇ ਆ? ਉਹਨੂੰ ਕਹਿ ਵੀ ਮੈਨੂੰ ਲੱਡੂਆਂ ਦੇ ਡੱਬੇ ਲਿਆ ਕੇ ਦੇਵੇ, ਮੈਂ ਸਾਰੇ ਪਿੰਡ 'ਚ ਵੰਡਣੇ ਆ। ਦੱਸਿਆ ਨਹੀਂ ਮੈਨੂੰ ਵੀ, ਕੋਲ ਦੇ ਆਪਾਂ ਘਰੇ ਆਏ ਹਾਂ, ਉੱਧਰ ਫਿਰਦਾ ਆਊਗਾ ਬੱਕਰੀਆਂ ਕੋਲੇ, ਕੋਈ ਨਹੀਂ ਜਾਣਾ, ਕਹਿੰਦਾ ਮੈਂ ਉਹਨੂੰ। ਇੱਕ ਤਾਂ ਜਦੋਂ ਕੋਈ ਖੁਸ਼ੀ ਦਾ ਮੌਕਾ ਆਉਂਦਾ ਉਦੋਂ ਇਹ ਨਹੀਂ ਭਾਲ ਇੱਥੇ ਆਉਂਦੇ, ਖਿੱਚਦਾ ਮੈਂ ਕੰਮ ਉਹਦੇ, ਨਹੀਂ ਸਾਰਾ ਦਿਨ ਇੱਥੇ ਫਿਰਦਾ ਰਹਿੰਦਾ ਹੈਗਾ। ਤੇ ਤੁਸੀਂ ਡੈਡੀ ਜੀ ਨੂੰ ਫੋਨ ਕਰਤਾ ਸੀਗਾ? ਹਾਂ ਪੁੱਤ ਜੀ, ਕਰਤਾ ਸੀਗਾ। ਉਹ ਕਹਿੰਦੇ ਵੀ ਆ ਜਾਂਦੇ? ਹਾਂ ਪੁੱਤ, ਉਹ ਕਹਿੰਦੇ ਵੀ ਜੇ ਆਉਣ ਦਿੰਦੇ ਨੇ ਤਾਂ ਮੈਂ ਆ ਜਾਂਦਾ ਹੁਣੀ, ਨਹੀਂ ਤੂੰ ਚਲੀ ਜਾ। ਲੈ ਮਾਂ ਕਿਹੋ ਜਿਹੀਆਂ ਗੱਲਾਂ ਕਰਦੀ ਆ, ਬਾਪੂ ਨੇ ਤਾਂ ਹੁਣ ਆਉਣਾ ਹੀ ਸੀ, ਇੰਨਾ ਖੁਸ਼ੀ ਦਾ ਮੌਕਾ ਆਇਆ ਮਸਾਂ। ਹਾਂ ਪੁੱਤ, ਉਹ ਮੈਂ ਸਮਝਦੀ ਹਾਂ ਸਾਰੀ ਗੱਲ। ਪਹਿਲਾਂ ਤਾਂ ਮੈਨੂੰ ਇਹੀ ਘਬਰਾਹਟ ਛਿੜ ਗਈ ਵੀ ਹੋਇਆ ਕੀ ਆ, ਉਹ ਮੈਨੂੰ ਕਹਿੰਦੇ ਤੂੰ ਛੇਤੀ ਛੇਤੀ ਵਗ ਜਾ ਇੱਥੋਂ, ਮੈਨੂੰ ਤਾਂ ਹੁਣ ਹਸਪਤਾਲ ਜਾ ਕੇ ਪਤਾ ਲੱਗਿਆ ਨਾ। ਅੱਛਾ ਚੱਲ ਕੋਈ ਨਾ, ਫਿਰ ਵੀ ਸੋਨੂੰ ਵੀ ਵਧਾਈਆਂ। ਹਾਂ ਪੁੱਤ, ਤੈਨੂੰ ਵੀ ਬਾਲੀਆਂ ਬਾਲੀਆਂ। ਚੇ ਚੱਲ ਬੇਬੇ, ਫਿਰ ਮੈਂ ਲੈ ਆਵਾਂ ਲੱਡੂਆਂ ਦਾ ਡੱਬਾ, ਚੰਗਾ? ਹਾਂ ਚੱਲਿਆ ਪੁੱਤ, ਸ਼ਰੀਕਾਂ ਦੀ ਹਿੱਕ ਤੇ ਦੀਵਾ ਬਾਲਿਆ ਵਾਂ। ਸੌਂ ਲੱਗੇ ਭੈਣੇ, ਮੇਰਾ ਤਾਂ ਅੱਜ ਸੱਚੀ ਕਿਤੇ ਧਰਤੀ 'ਤੇ ਪੈਰ ਨਹੀਂ ਲੱਗਦਾ। ਜਦੋਂ ਸ਼ਰੀਕੇ 'ਚ ਕਿਸੇ ਦੇ ਪੋਤਾ ਜੰਮ ਪੈਂਦਾ ਸੀ ਨਾ, ਤਾਂ ਮੇਰੇ ਚਿੱਤ 'ਤੇ ਕੀ ਬੀਤਦੀ ਸੀ ਉਹ ਮੈਂ ਹੀ ਜਾਣਦੀ ਹਾਂ। ਅੱਜ ਰੱਬ ਨੇ ਮੇਰੀ ਮੁਰਾਦ ਪੂਰੀ ਕਰਤੀ। ਹਾਂ ਭੈਣ, ਮੈਂ ਸਮਝ ਸਕਦੀ ਹਾਂ ਤੁਹਾਡੀਆਂ ਭਾਵਨਾਵਾਂ ਨੂੰ। ਇਹ ਸੂਰਜ ਕਿਹੜੇ ਪੁੱਠੇ ਪਾਸੇ ਚੜ੍ਹ ਗਿਆ? ਇਹ ਕਿਵੇਂ ਹੋ ਸਕਦਾ? ਇਹਦੇ ਮੁੰਡਾ ਹੋ ਗਿਆ। ਇਹ ਜਵਾਕ ਨੂੰ ਖਤਮ ਕਰਨਾ ਹੀ ਪੈਣਾ। ਜੇ ਉਹਨੂੰ ਖਤਮ ਨਾ ਕਰਿਆ ਤਾਂ ਇਸ ਘਰੇ ਮੇਰੀ ਕਦਰ ਜਮ੍ਹਾਂ ਹੀ ਘੱਟ ਜਾਣੀ ਹੈ। ਮੈਂ ਤਾਂ ਸਿਰਫ ਇੱਕ ਨੌਕਰਾਣੀ ਬਣ ਕੇ ਰਹਿ ਜਾਵਾਂਗੀ। ਕੋਈ ਨਾ ਕੋਈ ਹੱਲ ਤਾਂ ਮੈਨੂੰ ਜ਼ਰੂਰ ਕਰਨਾ ਪੈਣਾ, ਤਾਂ ਹੀ ਇਸ ਘਰੇ ਕਦਰ ਮੇਰੀ ਪੈ ਸਕਦੀ ਹੈ, ਵਰਨਾ ਮੈਂ ਤਾਂ ਜਮ੍ਹਾਂ ਹੀ ਖਤਮ। ਇਸ ਘਰ ਦੇ ਵਾਰਿਸ ਨੂੰ ਖਤਮ ਕਰਨਾ ਹੀ ਪੈਣਾ। ਭੈਣ ਜੀ, ਹੁਣ ਗੱਲ ਕਹਿਣ ਨੂੰ ਜੀ ਤਾਂ ਨਹੀਂ ਕਰਦਾ, ਪਰ ਆ ਬੱਚੇ ਪਿੱਛੇ ਨਾ ਮੇਰੀ ਧੀ ਨੇ ਇਸ ਘਰੇ ਦੁੱਖ ਬਹੁਤ ਦੇਖੇ ਨੇ। ਭੈਣੇ, ਦੁੱਖ ਤੋਂ ਬਾਅਦ ਹੀ ਸੁੱਖ ਤਾਂ ਆਉਂਦਾ। ਸੌਂ ਲੱਗੇ, ਅੱਜ ਤਾਂ ਮੈਨੂੰ ਵੀ ਐਂ ਲੱਗਦਾ ਵੀ ਮੇਰੇ ਘਰ ਨੂੰ ਭਾਗ ਲੱਗ ਗਏ। ਸੱਚੀ ਇਸ ਘਰ 'ਚ ਮੇਰਾ ਜੀ ਨਹੀਂ ਸੀ ਲੱਗਦਾ ਹੁੰਦਾ। ਚਲੋ, ਜਿਹੜਾ ਕੁਛ ਵੀ ਹੋਇਆ ਬਹੁਤ ਚੰਗਾ ਹੋਇਆ। ਮੈਂ ਤਾਂ ਉਹ ਮਾਲਕ ਅੱਗੇ ਅਰਦਾਸ ਕਰਦੀ ਹਾਂ ਵੀ ਇਸੇ ਤਰ੍ਹਾਂ ਮੇਰੀ ਧੀ ਹੱਸਦੀ ਵੱਸਦੀ ਰਹੇ ਇਸ ਘਰੇ। ਜਿਹੋ ਜਿਹੀ ਪਰਮਾਤਮਾ ਨੇ ਆਪਣੀ ਸੁਣੀ ਹੈ, ਰੱਬ ਸਭ ਦੀ ਸੁਣੇ। ਹਾਂ ਭੈਣੇ, ਇਹ ਤਾਂ ਤੁਸੀਂ ਸਹੀ ਕਹਿੰਦੇ ਹੋ। ਚਲੋ, ਨਾਲੇ ਮਾਂ ਆਏ ਆ, ਜਵਾਕ ਨਾਲ ਮੇਰੀਆਂ ਧੀਆਂ ਵੀ ਇਸ ਘਰੇ ਆਉਂਦੀਆਂ ਹੋ ਜਾਣਗੀਆਂ, ਹੈ ਉਹਨਾਂ ਕੋਲ ਵੀ ਭਰਾ ਹੋ ਗਿਆ। ਹਾਂ ਪੁੱਤ, ਧੀਆਂ ਟਕੀਆਂ ਗਈਆਂ। ਅੱਜ ਤਾਂ ਨਾ ਧਰਤੀ ਪੈਰ ਨਹੀਂ ਲੱਗ ਰਹੇ ਮੇਰੇ ਵੀ। ਹੈਲੋ ਭੈਣ ਜੀ, ਆਪਦੇ ਦੋਤੇ ਨੂੰ ਚੱਕੋ ਤੁਸੀਂ, ਮੈਂ ਅੰਦਰ ਦੇਖਾਂ ਉਹਨੂੰ। ਧਿਆਨ ਨਾ, ਉਹ ਤਾਂ ਚਾਹ ਨਾ ਦੁੱਧ ਕੁਛ ਨਹੀਂ ਲੈ ਕੇ ਬੁੜੀ। ਮੇਰਾ ਸ਼ੋਨਾ ਜੀ, ਮੇਰਾ ਨੋਨਾ ਜਾ, ਤਰਸ ਗਏ ਸੀ ਪੁੱਤ ਤੇਰਾ ਮੂੰਹ ਦੇਖਣ ਨੂੰ। ਪੁੱਤ ਬਹੁਤ ਸਹਿ ਤੂੰ, ਪਰ ਚੱਲ ਹੁਣ ਤੇਰੇ ਪੈਰ ਲੱਗਦੇ ਹੋ ਗਏ ਇਸ ਘਰੇ। ਹੋਰ ਮੰਮੀ, ਨਾਲ ਤਾਂ ਮੇਰੀ ਕਦਰ ਪੈ ਜੂਗੀ, ਨਾਲ ਮੇਰੇ ਧੀਆਂ ਦੀ ਕਦਰ ਪੈ ਜੂਗੀ। ਮੈਂ ਤਾਂ ਵਿਸ਼ਵਾਸ ਹੀ ਉੱਠ ਗਿਆ ਸੀਗਾ ਰੱਬ ਤੋਂ। ਕੋਈ ਨਾ ਪੁੱਤ, ਅਸੀਂ ਤਾਂ ਇਹੀ ਕਹਿੰਦੇ ਹੁੰਦੇ ਸੀ ਵੀ ਰੱਬਾ ਹੁਣ ਜੋ ਤੂੰ ਕੁਛ ਕਰੇਗਾ ਤੇਰੀ ਮਰਜ਼ੀ, ਸਾਰੀ ਚੱਲਾਂਗੇ ਬਸ। ਨਾਲੇ ਮਾਂ, ਡਾਕਟਰ ਕਹਿੰਦੀ ਸੀ
ਵੀ ਇਹਦੇ ਪਹਿਲਾਂ ਵੀ ਮੁੰਡਾ ਹੋ ਸਕਦਾ ਸੀਗਾ। ਅੱਛਾ ਹਾਂ, ਕਹਿੰਦੀ ਇਹਨਾਂ ਨੇ ਐਵੇਂ ਅਬੋਰਸ਼ਨ ਕਰਾਈ ਗਏ, ਕਹਿੰਦੀ ਉਹ ਝੂਠ ਮਾਰਦੇ ਸੀ ਡਾਕਟਰ। ਅੱਛਾ ਮਾਂ, ਮੇਰੇ ਕਿੰਨੇ ਜਵਾਕ ਆਈ ਮਰ ਗਏ। ਹਾਏ ਹਾਏ, ਚੱਲ ਕੋਈ ਨਾ ਪੁੱਤ, ਹੁਣ ਤੂੰ ਟੈਨਸ਼ਨ ਨਾ ਕਰ, ਜੋ ਕੁਛ ਹੋਇਆ ਮਾੜਾ ਉਹ ਤਾਂ ਬੀਤ ਚੁੱਕਿਆ, ਚੱਲ ਹੁਣ ਤੇਰੇ ਅੱਗੇ ਤਾਂ ਖੁਸ਼ੀਆਂ ਨੇ ਨਾ। ਹਾਂ ਮੰਮੀ, ਨਾਲੇ ਸਰਗੁਣ ਨੂੰ ਬੁਲਾ ਲਾ, ਉਹ ਵੀ ਦੇਖ ਲੂਗੀ ਆਪਦੇ ਭਰਾ ਨੂੰ, ਸਾਰਾ ਦਿਨ ਕਰਦੀ ਰਹਿੰਦੀ ਸੀ ਮੇਰਾ ਵੀਰ ਕਦੋਂ ਆਊਗਾ, ਮੇਰਾ ਵੀਰ ਕਦੋਂ ਆਊਗਾ। ਹਾਂ ਪੁੱਤ, ਹਾਂ ਸਰਗੁਣ, ਪੁੱਤ ਸਰਗੁਣ, ਬੱਕਰੀਆਂ ਆਈਆਂ ਵੀ ਖਾਸੇ ਟਾਈਮ ਦੀਆਂ ਸਾਹਮਣੇ, ਚਾਹ ਪਾਣੀ ਲੈ ਕੇ ਆਇਆ ਯਾਰ ਕੋਈ। ਆ ਖੇਡੀ ਦਾ ਕੋਈ ਯਾਰ ਸਰਦਾਰ ਵੀ ਨਹੀਂ ਆਇਆ ਯਾਰ, ਗੱਲ ਕੀ ਬਣ ਗਈ? ਚੱਲ ਦੇਣੇ ਆ, ਕਦੇ ਨਾ ਕਦੇ ਤਾਂ ਬਹੁਣਗੀ, ਭੁੱਖ ਵੀ ਪਈ ਲੱਗੀ ਪਈ ਆ ਨਜਾਇਜ਼, ਕਿ ਘਰ ਹੀ ਜਾ ਉੱਡ ਗਏ, ਘਰੇ ਫੇਰ ਇਤਰਾਜ਼ ਕਰੂਗਾ ਸਰਦਾਰ ਸਾਹਿਬ, ਗਰਮੀ ਮੰਨਦੇ ਆ। ਬਾਕੀ ਉਹਨੂੰ ਤਾਂ ਪਤਾ ਹੀ ਆ, ਉਹਦੇ ਭਾਈ ਤਾਂ ਸੀਰੀ ਆ, ਮੈਂ ਉਹਨੂੰ ਐਂ ਨਹੀਂ ਪਤਾ ਵੀ ਜੜਾਂ ਤਾਂ ਉਹੀ ਬੈਠਾ। ਕੀ ਗੱਲਾਂ ਕਰੀ ਇੰਨਾ? ਹਾਂ ਕਿਵੇਂ ਆ, ਬੜੇ ਲੇਟ ਹੋ ਗਏ, ਐਂ ਮੂੰਹ ਬਣਾਇਆ? ਬਣਾਵਾਂ ਨਾ ਮੂੰਹ, ਮੇਰੀ ਇੱਥੇ ਜਾਨ ਨਿਕਲੀ ਜਾਂਦੀ ਹੈ, ਤੇਰੇ ਪਤਾ ਨਹੀਂ ਕਿਵੇਂ ਰੋਟੀ ਲੰਘੀ ਜਾਂਦੀ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਕਿਉਂ ਕੀ ਚੱਕਰ ਹੋ ਗਿਆ? ਹੋਣਾ ਕੀ ਆ, ਮੇਰੀ ਸੌਕਣ ਦੇ ਮੁੰਡਾ ਹੋ ਗਿਆ, ਹੁਣ ਮੇਰੀ ਕਦਰ ਤਾਂ ਜਮਾ ਹੀ ਘੱਟ ਜਾਣੀ ਹੈ ਇਸ ਘਰ 'ਚ। ਉਹ ਫਿਰ ਕਿੱਡੀ ਗੱਲ ਆ ਜੇ ਮੁੰਡਾ ਹੋ ਗਿਆ? ਅੱਛਾ, ਤੈਨੂੰ ਕੋਈ ਫਰਕ ਹੀ ਨਹੀਂ ਪੈਂਦਾ ਹੈਗਾ, ਮਾੜੀ ਮੋਟੀ ਅਕਲ ਨੂੰ ਹੱਥ ਪਾ, ਉਹਦੇ ਮੁੰਡਾ ਹੋ ਗਿਆ ਤੇ ਮੇਰੀ ਜਮਾ ਕਦਰ ਘੱਟ ਜਾਣੀ ਹੈ, ਮੈਨੂੰ ਤਾਂ ਨੌਕਰਾਣੀ ਬਣਾ ਕੇ ਰੱਖ ਲੈਣਾ, ਤੂੰ ਤਾਂ ਨੌਕਰ ਹੈਗਾ ਹੀ ਹੈਗਾ। ਓ ਨਹੀਂ ਨਹੀਂ, ਮੁੰਡਾ ਹੋਣ ਨਾਲ ਥੋੜਾ ਕਦਰ ਘੱਟਦੀ ਹੁੰਦੀ ਆ, ਤੂੰ ਆਪਦੇ ਹਿੱਸੇ ਜਾਂ ਆਪਦੇ ਹਿੱਸੇ ਜਾ ਜਾ ਕੇ ਗੱਲ ਆ। ਹੋ ਗੱਲ ਮੈਂ ਮੰਨਦੀ ਆ, ਉਹ ਆਪਦੀ ਥਾਂ ਮੈਂ ਆਪਦੀ ਥਾਂ, ਪਰ ਉਹਨਾਂ ਨੂੰ ਤਾਂ ਵਾਰਸ ਚਾਹੀਦਾ ਸੀ ਇਸ ਘਰ ਦਾ, ਉਹਨਾਂ ਨੂੰ ਮਿਲ ਗਿਆ ਤੇ ਹੁਣ ਮੇਰੀ ਕੀ ਲੋੜ ਹੈ ਉਹਨਾਂ ਨੂੰ, ਇਹ ਵੀ ਤਾਂ ਸੋਚ ਨਾ। ਕੋਈ ਨਹੀਂ, ਉਹ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ, ਇਹਦੀ ਗੱਲ ਆ, ਤੂੰ ਠੰਡੇ ਦਿਮਾਗ ਤੋਂ ਕੰਮ ਲੈ, ਵਾਰਸ ਮਿਲ ਗਿਆ, ਹਜੇ ਵਾਰਸ ਦਾ ਕੀ ਪਤਾ ਹੁੰਦਾ ਗਾ, ਕੱਲ੍ਹ ਦਾ ਜਵਾਕ ਆ ਵੀ ਸੌ ਬਾ ਵਗਣੀ ਆ, ਉਹ ਤੋਂ ਚੰਗਾ ਮਾੜਾ ਟਾਈਮ ਆਉਂਦਾ ਹੁੰਦਾ ਗਾ, ਥੋੜਾ ਹੁੰਦਾ ਵੀ ਅੱਜ ਹੀ ਜਵਾਕ ਡਰ ਹੋ ਜਾਂਦਾ ਹੁੰਦਾ। ਮੈਂ ਤਾਂ ਤੈਨੂੰ ਉਹ ਗੱਲ ਵੀ ਨਹੀਂ ਦੱਸੀ, ਕਿਤੇ ਕੋਈ ਸੁਣ ਵੀ ਨਾ ਲਵੇ, ਮਨਿੰਦਰ ਨੂੰ ਪਤਾ ਲੱਗ ਗਿਆ ਸੀ ਵੀ ਮੈਂ ਆਹ ਪ੍ਰੈਗਨੈਂਟ ਹੋਣ ਦਾ ਨਾਟਕ ਕਰਦੀ ਆ। ਉਹ ਚੱਲ ਫੇਰ ਮਨਿੰਦਰ ਕੀ ਕਰ ਦੂਗੀ ਜੇ ਪਤਾ ਲੱਗ ਗਿਆ ਸੀ? ਲੈ ਕਮਾਲ ਕਰੀ ਇਹਨੇ, ਤੇਰਾ ਦਿਮਾਗ ਹੈਗਾ ਕਿ ਨਹੀਂ ਹੈਗਾ, ਹੁਣ ਤਾਂ ਉਹਦੇ ਕੋਲ ਮੁੰਡਾ ਹੋ ਗਿਆ, ਜੇ ਉਹਨੇ ਘਰੇ ਦੱਸਤਾ ਵੀ ਮੈਂ ਡਰਾਮੇ ਕਰਦੀ ਆ, ਫੇਰ ਆਪਾਂ ਦੋਨੋਂ ਤਾਂ ਗਏ, ਨਾਲੇ ਤੇਰੀ ਗੱਲ ਪਤਾ ਲੱਗੂ, ਨਾਲੇ ਮੇਰੇ ਡਰਾਮੇ ਦਾ ਪਤਾ ਲੱਗੂ। ਓਏ ਤੂੰ ਕਿਉਂ ਐਵੇਂ ਘਬਰਾਈ ਜਾਂਦੀ ਆ, ਕਿਧਰੇ ਨਹੀਂ ਜਾਂਦੇ ਆਪਾਂ, ਬੈਠਾ ਨਾ ਮੈਂ ਵੀ ਸਕੀਮ ਪਾ ਦਾਂਗੇ, ਆਪਾਂ ਕਰ ਲਾਂਗੇ ਕੋਈ ਨਾ ਕੋਈ ਚਰਿੱਤਰ ਹੋਰ, ਜਿੱਥੇ ਇੰਨਾ ਟਾਈਮ ਹੋ ਗਿਆ ਕਰੀ ਜਾਂਦਾ ਨੂੰ ਢੰਗ ਹੋਰ ਕਰ ਲਾਂਗੇ, ਕਿੱਡੀ ਗੱਲ ਆ। ਮੈਂ ਬਹੁਤਾ ਟਾਈਮ ਨਹੀਂ ਜੜ ਸਕਦੀ ਉਹਨੂੰ ਦੇਖ ਕੇ, ਆਪਾਂ ਨੂੰ ਕੋਈ ਨਾ ਕੋਈ ਹੱਲ ਕਰਨਾ ਹੀ ਪੈਣਾ, ਉਹਦੇ ਜਵਾਕ ਨੂੰ ਮਾਰਨਾ ਪੈਣਾ। ਉਹ ਪਾਗਲ ਹੋ ਗਈ ਤੂੰ, ਇੱਥੇ ਮੜਾ ਹੱਥ ਮਾਰ ਕੇ ਦੇਖ ਨਾ ਜਵਾਕ ਦਾ ਕੀ ਕਸੂਰ ਆ ਦੱਸ। ਜਵਾਕ ਦਾ ਕੋਈ ਕਸੂਰ ਨਹੀਂ ਆ, ਮੈਂ ਮੰਨਦੀ ਆ, ਪਰ ਜਵਾਕ ਨੂੰ ਤਾਂ ਮਾਰਨਾ ਹੀ ਪੈਣਾ, ਤਾਂ ਹੀ ਮੇਰੇ ਇਸ ਘਰੇ ਨਾ ਕਦਰ ਪਊਗੀ, ਨਹੀਂ ਤਾਂ ਨਹੀਂ। ਓਏ ਯਾਰ, ਜਵਾਕ ਨੂੰ ਕੀ ਮਾਰ ਕੇ ਆਪਾਂ ਨੂੰ ਕੀ ਮਿਲ ਜੂਗਾ ਰੱਬ ਦਾ ਰੂਪ, ਉਹਨੂੰ ਕੀ ਪਤਾ ਗਾ ਕਿਹਦਾ ਕਸੂਰ, ਆਪਾਂ ਕੀ ਕਰ ਰਹੇ ਹਾਂ, ਦੇਖ ਤਾਂ ਲੈ ਮਾੜਾ ਜਿਹਾ, ਅਕਲ ਨੂੰ ਹੱਥ ਮਾਰ ਲਾ। ਮੈਨੂੰ ਸਭ ਕੁਛ ਪਤਾ, ਮੈਂ ਕੀ ਕਹਿਣਾ ਕੀ ਨਹੀਂ, ਤੂੰ ਮੇਰਾ ਸਾਥ ਦੇਣਾ ਜਾਂ ਨਹੀਂ, ਇੰਨਾ ਦੱਸ ਦੇ ਮੈਨੂੰ। ਲਪੇਟ ਦੂੰਗਾ, ਪਤਾ ਹੀ ਆ ਹੁਣ ਕੀ ਬਣੂ ਦਿਮਾਗ।
ਸਰਦਾਰ ਸਾਹਿਬ ਚੁੱਪ ਕਰਕੇ ਬੈਠਾ ਰਹੇ। ਹਾਂਜੀ ਸਰਦਾਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਚਾਹ ਲੈ ਕੇ ਆਏ ਸੀਗੇ, ਚਾਹ ਪਾਣੀ ਦਾ ਥੋੜ੍ਹਾ ਤੁਹਾਨੂੰ ਪਤਾ। ਪੀਲੀ ਚਾਹ? ਹਾਂ ਬਸ ਪੀਲੀ। ਠੀਕ ਹੈ, ਮੈਂ ਘਰੇ ਡਿੱਕੀ ਆ ਨਾ, ਤੈਨੂੰ ਪਤਾ ਨਹੀਂ ਘਰੇ ਕੀ ਹਾਲਾਤ ਬਣੇ ਖੜੇ ਆ। ਓਏ ਇਹ ਤਾਂ ਮੈਡਮ ਆਏ ਕਹਿੰਦੇ ਸੀਗੇ, ਕਹਿੰਦੇ ਬੱਕਰੀਆਂ ਬੁੱਕਰੀਆਂ ਜਾਂ ਟਾਈਮ ਨਾਲ ਅੰਦਰ ਕਰਦੇ, ਇੱਥੇ ਕੁੱਤਾ ਖਾ ਗਿਆ ਸੀ ਕੱਲ ਮੇਮਣਾ ਜਾ। ਤੇ ਇਹ ਤਾਂ ਗੱਲ ਤੈਨੂੰ ਮੈਂ ਵੀ ਕਿੰਨੇ ਟਾਈਮ ਦੀ ਸਮਝਾਈ ਹੋਈ ਆ, ਇੱਕ ਵਾਰੀ ਗੱਲ ਪੱਲੇ ਪੈਂਦੀ ਆ ਕਿ ਪੈਂਦੀ ਨਹੀਂ? ਬਸ ਇੰਨੀ ਗੱਲ ਸੀ, ਫਿਰ ਇਹਨਾਂ ਨੇ ਦੱਸਤੀ ਮੈਨੂੰ, ਮੈਂ ਸਾਬਤੀਆਂ ਅੰਦਰ। ਚੱਲ ਗੱਲ ਕਰਨੀ ਆ ਮੈਂ ਤੇਰੇ ਨਾਲ, ਖੜ ਉੱਥੇ ਮੇਰੀ ਗੱਲ ਸੁਣ। ਤੈਨੂੰ ਮੈਂ ਪਹਿਲੇ ਦਿਨ ਹੀ ਗੱਲ ਸਮਝਾਈ ਸੀ, ਅਸੀਂ ਸਰਦਾਰ ਹੁੰਦੇ ਹਾਂ ਅਤੇ ਤੂੰ ਸਾਡੀਆਂ ਜਨਾਨੀਆਂ ਤੋਂ ਥੋੜ੍ਹਾ ਦੂਰ ਰਿਹਾ ਕਰ। ਓਏ ਸਰਦਾਰ ਸਾਹਿਬ, ਮੈਂ ਤਾਂ ਆਪ ਹੀ ਇੱਜ਼ਤ ਕਰਦਾ, ਤਾਂ ਹੀ ਤਾਂ ਸਾਈਡ 'ਤੇ ਖੜਾ ਹੋਇਆ। ਸਾਈਡ 'ਤੇ ਖੜਾ ਹੋਇਆ? ਤੁਸੀਂ ਤਾਂ ਐਵੇਂ ਗੱਲ ਪਈ ਜਾਨੋ, ਕੰਮ ਧੰਦੇ ਵਾਲੇ ਬੰਦੇ ਦੇ ਦੱਸੋ। ਕੰਮ ਧੰਦੇ ਵਾਲੀ ਗੱਲ ਕੀ ਹੈ, ਜਿਹੜਾ ਕੰਮ ਆ ਤੂੰ ਉਹਦਾ ਕੰਮ ਕਰ, ਚਾਹ ਪਾਣੀ ਤੈਨੂੰ ਮੈਂ ਲਿਆ ਕੇ ਦੇਊਂਗਾ, ਠੀਕ ਹੈ ਨਾ? ਚੱਲ ਇਹ ਤੁਮਾ ਤੁਸੀਂ ਲਿਆ ਦਿਓ ਫਿਰ, ਤੁਸੀਂ ਤਾਂ ਆਪ ਹੀ ਗਲਤ ਸੋਚੀ ਜਾਨੋ, ਤੁਹਾਡਾ ਦਿਮਾਗ ਪਤਾ ਨਹੀਂ ਕਿੱਥੇ ਤੁਰਿਆ। ਗੱਲ ਗਲਤ ਸੋਚਣ ਦੀ ਨਹੀਂ, ਠੀਕ ਹੈ, ਗੱਲ ਖੜਨ ਦੀ ਹੁੰਦੀ ਹੈ ਨਾ। ਪਹਿਲੇ ਦਿਨ ਆਇਆ ਸੀ, ਗੱਲ ਤੂੰ ਕਿਵੇਂ ਕਰਦਾ ਸੀ, ਅੱਜ ਤੈਨੂੰ 4-5 ਦਿਨ ਹੋਇਆ, ਤੇਰਾ ਗੱਲ ਕਰਨ ਦਾ ਢੰਗ ਬਦਲਿਆ ਪਿਆ। ਉਹ ਸਰਦਾਰ ਸਾਹਿਬ, ਉਹ ਖੜੀ ਆ ਸਰਦਾਰ ਨਹੀਂ, ਜੇ ਕੁਛ ਵੀ ਗਲਤ ਫਲਤ ਬੋਲਿਆ ਮੈਂ ਤੁਹਾਨੂੰ ਪਤਾ ਕਰ ਲਓ, ਸਿਰ ਮੇਰਾ ਛਿੱਤਰ ਤੁਹਾਡਾ, ਇਹਦੇ 'ਚ ਕੀ ਆ ਦੱਸੋ। ਉਹ ਬੜਾ ਸਿਆਣਾ ਨਾ ਬਣ, ਤੁਹਾਡੀ ਜਿੱਥੇ ਥਾਂ ਹੁੰਦੀ ਹੈ ਨਾ ਉੱਥੇ ਰਿਹਾ ਕਰੋ। ਸਰਦਾਰ ਜੀ ਆ ਜਾਓ ਹੁਣ, ਕਿਉਂ ਗਰੀਬ ਦੇ ਗੱਲ ਪਏ ਹੋ? ਠੀਕ ਹੈ ਆਉਣਾ, ਬੜਾ ਸਿਰ ਚੜ੍ਹਨ ਦੀ ਲੋੜ ਨਹੀਂ, ਠੀਕ ਹੈ? ਚਲੋ ਕੋਈ ਨਾ, ਪੀ ਲਾ ਚਾਹ ਆਪਦੀ। ਨਾ ਮੇਰੀ ਗੱਲ ਸੁਣ, ਕੀ ਗੱਲਾਂ ਕਰੀ ਜਾਂਦੀ ਸੀ ਉਹਦੇ ਕੋਲ ਖੜੀ? ਕਮਾਲ ਦੀ ਗੱਲ ਹੈ ਸਰਦਾਰ ਜੀ, ਮੈਂ ਕੀ ਗੱਲ ਕਰਨੀ ਹੈ ਉਹਦੇ ਨਾਲ, ਮੈਂ ਤਾਂ ਉਹਨੂੰ ਚਾਹ ਫੜਾਉਣ ਆਈ ਸੀ। ਗੱਲ ਚਾਹ ਫੜਾਉਣ ਦੀ? ਚਾਹ ਤਾਂ ਇੱਕ ਮਿੰਟ 'ਚ ਫੜਾਈ ਜਾਂਦੀ ਹੁੰਦੀ ਹੈ, ਮੈਂ 15 ਮਿੰਟ ਹੋ ਗਏ ਉੱਥੋਂ ਦੇਖੀ ਹੈ ਨਾ, ਘੁਸਰ 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 ਚੱਲੀ ਜਾਂਦੀ ਹੈ ਜੀ। ਉਹਨੇ ਦੱਸਿਆ ਤਾਂ ਹੈ, ਮੈਂ ਬੱਕਰੀਆਂ ਬਾਰੇ ਹੀ ਗੱਲ ਕਰ ਰਹੀ ਸੀ, ਵੀ ਉਹਨੂੰ ਇੱਥੇ ਨਾ ਬੰਨਿਆ ਕਰ, ਉਹ ਪਰਾਂ ਬੰਨਿਆ ਕਰ, ਹੋਰ ਮੈਂ ਦੱਸੂ ਕੀ ਗੱਲ ਕਰਨੀ ਹੈ। ਨਾ ਅੱਜ ਤੋਂ ਪਹਿਲਾਂ ਤਾਂ ਤੈਨੂੰ ਬੱਕਰੀਆਂ 'ਚ ਕੋਈ ਇੰਟਰਸਟ ਹੈ ਨਹੀਂ ਸੀ, ਮੈਨੂੰ ਕਹਿੰਦੀ ਸੀ ਵੇਚ ਦੇ, ਨਾ ਅੱਜ ਇੱਕੋ ਦਮ ਕੀ ਹੋ ਗਿਆ? ਚੱਲ ਕਰੇ, ਸਰਦਾਰਾਂ ਦੀਆਂ ਜਨਾਨੀਆਂ ਐਵੇਂ ਬਾਹਰ ਚੰਗੀਆਂ ਨਹੀਂ ਲੱਗਦੀਆਂ, ਨਾਲੇ ਤੇਰੇ ਜਵਾਕ ਐਵੇਂ ਤੁਰੀ ਫਿਰਦੀ ਸੋਹਣੀ ਲੱਗਦੀਆਂ। ਦਿਮਾਗ ਖਰਾਬ ਕਰਕੇ ਰੱਖਤਾ ਇਹ ਜਨਾਨੀ ਨੇ, ਪਤਾ ਨਹੀਂ ਹੁਣ ਕੀ ਕਰੀ ਜਾਂਦੀ ਹੈ। ਨਾ ਆ ਜਾ ਹੁਣ, ਕਰ ਸਾਹਮਣਾ ਗੱਲਾਂ ਦਾ। ਅਰਜੂ ਜੀ ਪਾਣੀ ਪੀ ਲਓ ਤੁਸੀਂ। ਮੈਂ ਨਹੀਂ ਪੀਂਦਾ। ਠੰਡੇ ਹੋ ਜਾਓ, ਕਿਉਂ ਤੁਸੀਂ ਆਪਦਾ ਦਿਮਾਗ ਖਰਾਬ ਕਰਿਆ ਕੱਲ ਦਾ? ਨਾ ਹੋਰ ਕੀ ਕਰਾਂ, ਉਹ ਮੈਨੂੰ ਵੀ ਪਾਣੀ ਉਵੇਂ ਫੜਾ ਦੇ ਹੱਸ ਕੇ ਜਿਵੇਂ ਸੀਰੀ ਨੂੰ ਫੜਾਈ ਜਾਂਦੀ ਸੀਗੀ। ਕਮਾਲ ਕਰੀ ਜਾਂਦੇ ਹੋ, ਜਦੋਂ ਮੈਂ ਤੁਹਾਨੂੰ ਕਹਿਤਾ ਮੈਂ ਤਾਂ ਸਿਰਫ ਉਹਨੂੰ ਰੋਟੀ ਫੜਾਉਣ ਗਈ ਸੀ, ਹੋਰ ਕਿੱਡੀ ਕੁ ਗੱਲ ਹੈ? ਗੱਲ ਕਿਉਂ ਨਹੀਂ ਹੈਗੀ, ਮੈਂ ਦੇਖਿਆ ਉੱਥੇ ਹੱਸ ਹੱਸ ਗੱਲਾਂ ਕਰੀ ਜਾਂਦੀ ਸੀ, ਕਮਾਲ ਆ ਜਿਹੜੀ ਯਾਰ। ਅੱਛਾ, ਤੁਹਾਨੂੰ ਇਹ ਤਾਂ ਦਿਖ ਗਿਆ ਵੀ ਮੈਂ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ, ਇਹ ਨਹੀਂ ਦਿਖਿਆ ਵੀ ਗੱਲ ਕੀ ਚੱਲਦੀ ਸੀ? ਮੈਂ ਤਾਂ ਉਹਨੂੰ ਐਂ ਕਹੀ ਜਾਂਦੀ ਸੀ ਵੀ ਬੱਕਰੀ ਉੱਧਰ ਬੰਨਦੇ ਬੰਨਦੇ, ਨਾਲੇ ਨਾ ਬੰਨਦੇ, ਜਦੋਂ ਮੈਂ ਤੈਨੂੰ 20 ਵਾਰ ਹੀ ਕਿਹਾ ਵੀ ਤੂੰ ਨਹੀਂ ਜਾਣਾ ਨਹੀਂ ਜਾ ਨਹੀਂ ਜਾ, ਨਾਲ ਤੂੰ ਬੋਲਦੀ ਕਿਵੇਂ ਆ? ਤੈਨੂੰ ਅਕਲ ਹੈਗੀ ਆ ਵੀ ਆਪਦੇ ਖਸਮ ਨਾਲ ਕਿਵੇਂ ਗੱਲ ਕਰਨੀ ਹੈ? ਜਦੋਂ ਮੈਂ ਤੁਹਾਨੂੰ ਵਾਰ ਵਾਰ ਸਮਝਾਈ ਜਾਂਦੀ ਹਾਂ ਵੀ ਮੈਂ ਗਲਤ ਨਹੀਂ ਹੈਗੀ, ਫਿਰ ਮੈਂ ਤੁਹਾਡੀ ਕਿਉਂ ਸੁਣਾ? ਤਾਂ ਕਿਵੇਂ ਮੰਨਾਂ ਮੈਂ, ਅੱਖਾਂ ਨਾਲ ਦੇਖਿਆ ਆਪਦੀਆਂ ਨਾਲ, ਸ਼ਰੇਆਮ ਜੀ ਨਹੀਂ ਲੱਗਦਾ ਨਾ, ਮੈਂ ਇਸ ਘਰੋਂ ਚਲੀ ਜਾਂਦੀ ਹਾਂ, ਫਿਰ ਤਾਂ ਤੁਹਾਨੂੰ ਵਿਸ਼ਵਾਸ ਹੋ ਜਾਊ। ਨਾ ਤੈਨੂੰ ਘਰੋਂ ਜਾਣ ਦਾ ਬੜਾ ਸ਼ੌਂਕ ਨਹੀਂ ਚੜਿਆ? ਮੈਂ ਮੇਰੀ ਗੱਲ ਸੁਣ ਲੈ, ਮੈਂ ਕਹੀ ਇਹਨਾਂ ਨੂੰ ਕਿਹਾ। ਕਾਸ਼ ਕੀ ਹੋ ਗਿਆ ਪੁੱਤ, ਕਿਉਂ ਇੰਨਾ ਰੌਲਾ ਪਾਏਗਾ? ਉਹ ਬੇਬੇ ਬਕਵਾਸ ਕਰੀ ਜਾਂਦੀ ਹੈ, ਇਹਨੂੰ ਸਮਝਾ ਦੇ, ਪਤਾ ਨਹੀਂ ਕਿਵੇਂ ਇਹਦੇ ਜੀਭ ਬਾਲੀ ਚੱਲਣ ਲੱਗ ਗਈ। ਪੁੱਤ ਜਿਹੜੀ ਵੀ ਗੱਲ ਹੈ ਅੰਦਰ ਬਹਿ ਕੇ ਕਰ ਲਓ, ਆਏ ਤੁਸੀਂ ਸੱਤ ਘਰਾਂ 'ਚ ਸੁਣਦੇ ਬੋਲਦੇ, ਲੋਕਾਂ 'ਚ ਕਿਉਂ ਜਲੂਸ ਕੱਢਦੇ ਆ? ਚੱਲ ਤੂੰ ਅੰਦਰ ਚੱਲ ਚੱਲ, ਇਹਨੂੰ ਸਮਝਾ ਦੇ ਬੇਬੇ, ਮੇਰੇ ਨਾਲ ਬਕਵਾਸ ਨਾ ਕਰੇ, ਨਹੀਂ ਇਹਨੇ ਮੇਰਾ ਅਸਲੀ ਰੂਪ ਨਹੀਂ ਦੇਖਿਆ। ਮੇਰੀ ਗੱਲ ਸੁਣ ਪੁੱਤ, ਆਪਦੇ ਗੁੱਸੇ ਤੇ ਮਾੜਾ ਜਿਹਾ ਕਾਬੂ ਰੱਖੀਦਾ ਹੁੰਦਾ, ਇੰਨਾ ਨਹੀਂ ਗੁੱਸਾ ਕਰੀਦਾ ਹੁੰਦਾ। ਤੂੰ ਬੈਠ ਬੇਬੇ, ਤੈਨੂੰ ਮੈਂ ਸਮਝਾਉਣਾ। ਗੱਲ ਕੀ ਹੋਈ ਹੈ, ਗੱਲ ਤਾਂ ਦੱਸ ਦੇ। ਗੱਲ ਕੀ ਹੋਣੀ ਸੀ, ਕੱਲ੍ਹ ਰੋਟੀ ਫੜਾਉਣ ਗਈ ਸੀ ਸ਼੍ਰੀ ਨੂੰ, ਰੋਟੀ ਸੀ ਪਤਾ ਨਹੀਂ ਚਾਹ ਸੀ, ਹੈਂ ਫੜਾਉਣ ਗਈ, ਮੈਂ ਦੇਖੀ ਗਿਆ 15 ਮਿੰਟ ਖੜਾ,
ਪਤਾ ਨਹੀਂ ਇਹਨਾਂ ਦੀ ਕੀ ਗੱਲ ਚੱਲਦੀ ਸੀ ਕੀ ਨਹੀਂ, ਹੱਸੀ ਜਾਵੇ ਉਧਰੋਂ ਸੀਰੀਅਸ ਹੱਸੀ ਜਾਵੇ ਨਾ, ਇਹਦਾ ਕੀ ਮਤਲਬ ਬਣਦਾ ਬਗਾਨੇ ਬੰਦੇ ਨਾਲ ਗੱਲਾਂ ਕਰਨ ਦਾ? ਤੈਂ ਗੱਲ ਸੁਣੀਆਂ ਵੀ ਗੱਲਾਂ ਕੀ ਕਰਦੀ ਸੀ? ਉਹ ਮੈਨੂੰ ਕਿੱਥੋਂ ਸੁਣਦਾ, ਮੈਂ ਤਾਂ ਉਹ ਖੜਾ ਸੀ ਦੂਰ, ਪਰ ਪਤਾ ਤਾਂ ਲੱਗਦਾ ਹੀ ਆ ਬੰਦੇ ਦੇ ਮੂੰਹ ਤੋਂ। ਚੱਲ ਕੋਈ ਨਾ ਪੁੱਤ, ਤੂੰ ਨਾ ਇਹਨਾਂ ਤੱਤਾ ਹੋ, ਮੈਂ ਸਮਝਾਉਣੀ ਹੈ ਇਹਨੂੰ। ਬਸ ਮੇਰਾ ਪੁੱਤ, ਆਹ ਲੋਕ ਵੇਖ ਲਾ ਫੰਗਾਂ ਦੀਆਂ ਡਾਰਾਂ ਬਣਾ ਲੈਂਦੇ ਆ। ਨਾਲੇ ਬੇਬੇ ਤੈਨੂੰ ਪਤਾ ਨਾ, ਇਹਨੂੰ ਇਸ ਗੱਲ ਨੂੰ ਸਮਝਾ ਦੇ ਵੀ ਮੇਰੀ ਪਿੰਡ ਦੇ ਵਿੱਚ ਬਹੁਤ ਇੱਜ਼ਤ ਆ, ਲੋਕ ਮੇਰੀ ਰਿਸਪੈਕਟ ਕਰਦੇ ਨੇ, ਤੇ ਇਹ ਕਿਵੇਂ ਬੋਲਦੀ ਆ। ਇਹ ਦੇਖ ਲੈ, ਉਹ ਕੱਲ੍ਹ ਦਾ ਆਇਆ ਗਾ ਨਾ, ਉਹਨੂੰ ਵੀ ਮੈਂ ਖਿੱਚਦਾ ਕੰਨ ਉਹਦੇ ਜਾ ਕੇ, ਨਾ ਕੀ ਗੱਲ ਕਰਦਾ ਸੀਗਾ, ਉਹਦਾ ਕੀ ਮਤਲਬ ਆ ਇੱਥੇ ਮੇਰੀ ਘਰ ਨਾਲ ਗੱਲ ਕਰਨ ਦਾ? ਤੈਨੂੰ ਪਹਿਲਾਂ ਮੈਂ ਰੋਕਦੀ ਸੀ ਨਾ ਵੀ ਇਹਦਾ ਪੈਰ ਬਾਹਰ ਨਾ ਕੱਢ, ਤੂੰ ਕੀ ਮੇਰੀ ਮੰਨੀ ਉਦੋਂ? ਉਹ ਮੈਨੂੰ ਕੀ ਪਤਾ ਸੀਗਾ, ਮੈਨੂੰ ਤਾਂ ਐਂ ਸੀਗਾ ਵੀ ਚੱਲ ਕੋਈ ਨਾ ਇਹਦੇ ਚਾਲ ਆੜ ਜਿਹੜੇ ਹੈਗੇ ਪੂਰੇ ਕਰ ਦੇਣਾ, ਵੀ ਘਰ ਦਾ ਵਾਰਸ ਮਿਲ ਜੂ, ਨਾਲੇ ਗੱਲ ਸੁਣ ਲਵਾਂ, ਘਰ ਦਾ ਵਾਰਸ ਮੈਨੂੰ ਮਿਲ ਗਿਆ, ਠੀਕ ਹੈ, ਤੇ ਇਹਨੂੰ ਹੁਣ ਇੱਥੇ ਕੋਈ ਲੋੜ ਨਹੀਂ। ਕੋਈ ਨਾ ਪੁੱਤ, ਮੈਂ ਸਮਝਾਉਣੀ ਆ ਉਹਨੂੰ। ਸਮਝਾ ਦੇ, ਸ਼ਾਂਤ ਰਹਿ ਤੂੰ, ਨਹੀਂ ਫਿਰ ਇੱਥੇ ਕੋਈ ਹੋਰ ਗੱਲ ਹੋ ਜੂਗੀ। ਪਾਣੀ ਵੀ ਡੋਲ ਗਈ, ਚੱਕ ਕੇ ਪੀਣਾ ਪਊਗਾ। ਲੈ ਦੱਸ, ਥੱਪੜ ਮਾਰਨ ਵਾਲੀ ਇਹ 'ਚ ਕਿਹੜੀ ਗੱਲ ਸੀਗੀ? ਮੈਂ ਜਦ ਕਹੀ ਜਾਂਦੀ ਹਾਂ ਵੀ ਮੈਂ ਉੱਥੇ ਸਿਰਫ ਰੋਟੀ ਫੜਾਉਣ ਗਈ ਸੀ, ਪਤਾ ਨਹੀਂ ਇਹ ਕਿਉਂ ਨਹੀਂ ਸਮਝਦਾ ਹੈਗਾ। ਕੋਈ ਨਾ, ਹੁਣ ਮੈਂ ਦੱਸਦੀ ਹਾਂ ਇਹਨੂੰ ਕਿਵੇਂ ਕਿਸੇ 'ਤੇ ਹੱਥ ਚੱਕੀਦਾ, ਪਾਣੀ ਸਿਰੋਂ ਉੱਤੋਂ ਲੰਘੀ ਜਾਂਦਾ। ਹੋਰ ਨਹੀਂ ਮੈਂ ਇੱਥੇ ਬਰਦਾਸ਼ਤ ਕਰ ਸਕਦੀ। ਧੀਏ, ਕੀ ਗੱਲ ਹੋ ਗਈ ਸੀ ਮੈਨੂੰ ਦੱਸ। ਗੱਲ ਕੀ ਹੋਣੀ ਹੈ, ਆਪਦੇ ਪੁੱਤ ਤੋਂ ਹੀ ਪੁੱਛ ਲਓ ਤੁਸੀਂ। ਉਦੋਂ ਤਾਂ ਮੈਂ ਪੁੱਛ ਕੇ ਆਈ ਹਾਂ, ਉਹ ਤਾਂ ਕਹਿੰਦਾ ਸੀਰੀ ਨਾਲ ਹੱਸ ਹੱਸ ਕੇ ਗੱਲਾਂ ਕਰਦੀ ਸੀ। ਨਾ ਮੈਨੂੰ ਐਂ ਦੱਸ ਵੀ ਘਰ ਦੀਆਂ ਨੂੰਹਾਂ ਧੀਆਂ ਸੀਰੀਆਂ ਨਾਲ ਗੱਲਾਂ ਕਰਦੀਆਂ ਚੰਗੀਆਂ ਲੱਗਦੀਆਂ? ਮੈਂ ਕਮਾਲ ਹੋਈ ਪਈ ਹਾਂ ਮੰਮੀ, ਮੈਂ ਪੜ੍ਹੀ ਲਿਖੀ ਹਾਂ, ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਜੋ ਮਰਜ਼ੀ ਮੈਨੂੰ ਬੋਲੀ ਆਓ, ਅਨਪੜ੍ਹ ਨਹੀਂ ਹੈਗੀ ਮੈਂ ਵੀ। ਹਾਂ ਮਨਿੰਦਰ ਵਾਂਗੂ ਮੈਂ ਜੋ ਮਰਜ਼ੀ ਸੁਣੀ ਆਵਾਂ, ਛਿੱਤਰ ਖਾਣ ਨੂੰ ਨਹੀਂ ਆਈ ਇੱਥੇ ਮੈਂ। ਮੈਨੂੰ ਪਤਾ ਤੁਸੀਂ ਇੱਥੇ ਮੈਨੂੰ ਕਿਉਂ ਵਿਆਹ ਕੇ ਲਿਆਤਾ ਜਵਾਕ ਜੰਮਣ ਨੂੰ। ਪੁੱਤ, ਇਹਦੇ 'ਚ ਅਨਪੜ੍ਹਾਂ ਲਈ ਕੀ ਗੱਲ ਹੋ ਗਈ? ਮੇਰੀ ਗੱਲ ਸੁਣ ਲਾ, ਜਿਹੜੀ ਗੱਲ ਉਹ ਕਹਿੰਦਾ ਨਾ ਤਾਂ ਉਹਦੀ ਗੱਲ ਮੰਨ ਲਾ, ਉਹਦਾ ਗੁੱਸਾ ਬਹੁਤ ਭੈੜਾ, ਅੱਜ ਤਾਂ ਤੈਨੂੰ ਮੈਂ ਛਡਾਤਾ। ਤੈਨੂੰ ਪਤਾ ਹੈ ਜਦੋਂ ਕਿਤੇ ਫਿਰ ਇਹ ਗੁੱਸੇ ਹੋ ਜਾਏ ਨਾ ਤਾਂ ਫਿਰ ਇਹ ਆਪਦੀ ਆਈ 'ਤੇ ਆ ਕੇ ਹਟਦਾ। ਮੈਂ ਠੇਕਾ ਨਹੀਂ ਲਿਆ ਉਹਦੇ ਗੁੱਸੇ ਦਾ, ਬੇਫਾਲਤੂ ਮੇਰੇ 'ਤੇ ਇਲਜ਼ਾਮ ਲਾਈ ਜਾਂਦਾ ਜਦੋਂ ਮੈਂ ਉਹਨੂੰ ਕਹਿਤਾ ਵੀ ਮੈਂ ਉੱਥੇ ਸਿਰਫ ਰੋਟੀ ਫੜਾਉਣ ਗਈ ਸੀ। ਹੋਰ ਕਿੱਡੀ ਕੁ ਗੱਲ ਹੈ, ਮੇਰੀ ਗੱਲ ਸੁਣ, ਅੱਗੇ ਤੋਂ ਤੂੰ ਉਹਨੂੰ ਰੋਟੀ ਫੜਾਉਣ ਨਾ ਜਾਇਆ ਕਰ, ਓਟੇ 'ਤੇ ਹੀ ਰੱਖ ਦਿਆ ਕਰ, ਆਵਾਜ਼ ਮਾਰ ਦਿਆ ਕਰ, ਆਪੇ ਚੱਕ ਕੇ ਲੈ ਜੂਗਾ। ਹੁਣ ਤੂੰ ਸੀਰੀਆਂ ਦੇ ਮਗਰ ਮਗਰ ਤੁਰੀ ਫਿਰਦੀ ਰਿਹਾ ਕਰੇਂਗੀ। ਕੋਈ ਨਾ, ਅੱਗੇ ਤੋਂ ਧਿਆਨ ਰੱਖਾਂਗੀ, ਪਰ ਇਹਨੂੰ ਸਮਝਾ ਲਓ ਜੇ ਆਹੀ ਕੁਛ ਚੱਲਦਾ ਰਹੇ ਨਾ ਕੰਜਰ ਕਲੇਸ਼, ਮੈਂ ਆਪਦੇ ਘਰਦਿਆਂ ਨੂੰ ਫੋਨ ਕਰ ਦੇਣਾ, ਮੈਂ ਇੱਥੇ ਨਹੀਂ ਰਹਿੰਦੀ ਹੈਗੀ। ਤੂੰ ਮਾੜੀ ਮੋਟੀ ਸਿਆਣੀ ਬਣ, ਤੀਵੀਆਂ ਐਂ ਨਹੀਂ ਮਰਦਾਂ ਦੇ ਬਰਾਬਰ ਬੋਲਦੀਆਂ ਹੁੰਦੀਆਂ, ਐਂ ਨਹੀਂ ਟਾਈਮ ਪਾਸ ਹੁੰਦੇ ਹੁੰਦੇ। ਆਹੋ ਮੈਂ ਪਿੰਡਾਂ ਵਾਲੀ ਨਹੀਂ ਨਾ ਹੈਗੀ ਮੰਮੀ, ਸ਼ਹਿਰਾਂ ਵਾਲੀ ਹਾਂ, ਮੈਂ ਬੋਲ ਸਕਦੀ ਹਾਂ। ਛਿੱਤਰ ਖਾਣ ਨੂੰ ਨਹੀਂ ਆਈ ਇੱਥੇ ਮੈਂ। ਨਾਲੇ ਹਾਂ, ਹੁਣ ਤਾਂ ਤੁਹਾਨੂੰ ਘਰ ਦਾ ਵਾਰਸ ਮਿਲ ਗਿਆ, ਮੇਰੀ ਕੀ ਲੋੜ ਹੈ ਤੁਹਾਨੂੰ? ਮੈਂ ਤਾਂ ਚਾਹੇ ਮਰਾਂ ਚਾਹੇ ਜੀਵਾਂ, ਤੁਹਾਨੂੰ ਕੀ ਫਰਕ ਪੈਂਦਾ? ਇਹ ਤਾਂ ਤੇਰਾ ਐਵੇਂ ਵਹਿਮ ਹੀ ਹੈ, ਤੇਰੀ ਵੀ ਉਨੀ ਇੱਜ਼ਤ ਹੈ ਜਿੰਨੀ ਉਹਦੀ ਹੈਗੀ। ਦਿਖ ਰਿਹਾ ਕਿੰਨੀ ਕੁ ਇੱਜ਼ਤ ਹੈ ਪੁੱਤ, ਹੁਣ ਜਿੱਥੇ ਤੇਰੀ ਗਲਤੀ ਹੈ ਉੱਥੇ ਤਾਂ ਉਹਨੇ ਬੋਲਣਾ ਹੀ ਹੈ। ਅੱਛਾ ਗਲਤੀ ਨਾ, ਜੇ ਮੈਂ ਉਹਦੇ ਨਾਲ 2 ਮਿੰਟ ਗੱਲ ਕਰ ਲਈ ਹੈ, ਘਰ ਬਾਰੇ ਪੁੱਛ ਲਿਆ, ਫਿਰ ਮੈਂ ਗਲਤ ਹੋ ਗਈ ਹਨਾ? ਕੋਈ ਬੰਦਾ ਨਹੀਂ ਐਂ ਚੱਲਦਾ ਹੁੰਦਾ ਵੀ ਉਹਦੀ ਤੀਵੀਂ ਕਿਸੇ ਗੈਰ ਮਰਦ ਨਾਲ ਗੱਲਾਂ ਕਰੇ, ਉਹ ਵੀ ਹੱਸ ਹੱਸ ਕੇ। ਦੇਖੋ ਮੰਮੀ, ਜੇ ਤਾਂ ਉਹਦੇ ਕੋਲ ਸਬੂਤ ਹੈਗਾ ਵੀ ਮੈਂ ਗਲਤ ਹਾਂ ਤਾਂ ਮੈਨੂੰ ਦੱਸੇ, ਮੈਂ ਮੰਨਣ ਨੂੰ ਵੀ ਤਿਆਰ ਹਾਂ, ਪਰ ਜਿੱਥੇ ਮੈਂ ਗਲਤੀ ਨਹੀਂ ਹੈਗੀ ਮੈਂ ਕਿਉਂ ਸੁਣਾ ਕਿਸੇ ਦੀ? ਪੁੱਤ, ਇਹਨਾਂ ਜਿੱਦਾਂ ਨਾਲ ਨਾ ਘਰ ਉੱਜੜ ਜਾਂਦੇ ਹੁੰਦੇ ਆ,
ਜੇ ਮੇਰੀ ਗੱਲ ਮੰਨੇ ਤਾਂ ਸਿਆਣੀ ਬਣ ਜਾ, ਬਾਕੀ ਤੇਰੀ ਮਰਜ਼ੀ ਹੈ। ਬਾਕੀ ਤੇਰੀ ਮਰਜ਼ੀ ਹੈ, ਹੱਦ ਹੋਈ ਪਈ ਕਿਸੇ ਗੱਲ ਦੀ। ਮੈਨੂੰ ਸਾਰਾ ਕੁਛ ਪਤਾ ਲੱਗੀ ਜਾਂਦਾ ਵੀ ਇਹ ਸਾਰਾ ਕੁਛ ਉਸ ਜਵਾਕ ਕਰਕੇ ਹੋ ਰਿਹਾ। ਇਹਨਾਂ ਨੂੰ ਤਾਂ ਘਰ ਦਾ ਵਾਰਸ ਮਿਲ ਗਿਆ, ਮੇਰੀ ਕੀ ਲੋੜ ਹੈ। ਜਲਦੀ ਤੋਂ ਜਲਦੀ ਨਾ ਮੈਨੂੰ ਉਸ ਜਵਾਕ ਨੂੰ ਖਤਮ ਕਰਨਾ ਹੀ ਪੈਣਾ, ਨਹੀਂ ਤਾਂ ਸਾਰਾ ਟੱਬਰ ਨਾ ਮੇਰੇ ਸਿਰ 'ਤੇ ਬਹਿ ਕੇ ਨੱਚੂਗਾ।